ਘਰ ਵਿੱਚ ਗੰਨਾ ਸੀ ਪਰ ਸ਼ੂਗਰ ਦੀ ਬਿਮਾਰੀ ਕਿਸੇ ਨੂੰ ਵੀ ਨਹੀਂ ਸੀ। ਹੁਣ ਪੰਜਾਬ ਦੇ ਹਰ ਘਰ ਵਿੱਚ ਸ਼ੂਗਰ ਦੀ ਬਿਮਾਰੀ ਹੈ ਪਰ ਗੰਨਾ ਸਾਰੇ ਪੰਜਾਬ ਵਿੱਚ ਨਹੀਂ। ਪਹਿਲਾਂ ਪਾਣੀ 30 ਫੁੱਟ ਤੇ ਸੀ ਤੇ ਸਾਫ ਵੀ ਸੀ, ਹੁਣ ਪਾਣੀ 350 ਫੁੱਟ ਤੇ ਹੈ ਤੇ ਉਹ ਵੀ ਗੰਦਾ। ਪਹਿਲਾਂ ਤੁਸੀਂ ਸਾਈਕਲ ਤੇ ਸੀ ਤੇ 20 ਕਿਲੋਮੀਟਰ ਵੀ 1 ਘੰਟੇ ਵਿੱਚ ਜਾਂਦੇ ਸੀ ਪਰ ਫਿਰ ਵੀ ਖੁਸ਼ ਸੀ, ਹੁਣ ਕਾਰ ਤੇ ਹੋ ਤੇ 20 ਕਿਲੋਮੀਟਰ 15 ਮਿੰਟਾਂ ਵਿੱਚ ਪੂਰਾ ਕਰਦੇ ਹੋ ਪਰ ਫਿਰ ਵੀ ਦੁਖੀ ਹੋ। ਪਹਿਲਾਂ ਬਿਜਲੀ ਨਹੀਂ ਸੀ ਪਰ ਚਾਨਣ ਬਹੁਤ ਸੀ, ਹੁਣ ਬਿਜਲੀ ਆ ਗਈ ਏ ਤੇ ਹਨੇਰਾ ਹੋ ਗਿਆ। ਪਹਿਲਾਂ 10 ਪਿੰਡਾਂ ਵਿੱਚ 1 ਵੈਦ ਹੁੰਦਾ ਸੀ ਪਰ ਬਿਮਾਰੀ ਕੰਟਰੋਲ ਵਿੱਚ ਸੀ, ਹੁਣ 1 ਪਿੰਡ ਵਿੱਚ 10 ਡਾਕਟਰ ਨੇ ਪਰ ਬੰਦਾ ਬਿਮਾਰੀ ਦੇ ਕੰਟਰੋਲ ਵਿੱਚ ਹੈ। ਪਹਿਲਾਂ ਲੋਕ ਘਰ ਦੇ ਦਰਵਾਜ਼ੇ ਤੇ ਬੰਦਾ ਤਾਇਨਾਤ ਕਰਦੇ ਸੀ ਤਾਂ ਕਿ ਘਰ ਦੇ ਅੰਦਰ ਕੁੱਤਾ ਦਾਖਲ ਨਾ ਹੋ ਜਾਏ, ਅੱਜ ਕੱਲ ਘਰ ਦੇ ਦਰਵਾਜ਼ੇ ਤੇ ਕੁੱਤਾ ਬੰਨਿਆ ਜਾਂਦਾ ਤਾਂ ਕਿ ਘਰ ਵਿੱਚ ਕੋਈ ਬੰਦਾ ਦਾਖਲ ਨਾ ਹੋ ਜਾਏ। ਪਹਿਲਾਂ ਆਦਮੀ ਖਾਣਾ ਘਰ ਵਿੱਚ ਖਾਂਦਾ ਸੀ ਤੇ ਲੈਟਰੀਨ ਬਾਹਰ ਜਾਂਦਾ ਸੀ, ਹੁਣ ਖਾਣਾ ਬਾਹਰ ਖਾਂਦਾ ਏ ਤੇ ਲੈਟਰੀਨ ਘਰ ਦੇ ਅੰਦਰ ਜਾਂਦਾ ਏ। ਪਹਿਲਾਂ ਵਿਆਹ ਸ਼ਾਦੀ ਵਿੱਚ ਘਰ ਦੀਆਂ ਔਰਤਾਂ ਖਾਣਾ ਬਣਾਉਂਦੀਆਂ ਸੀ ਤੇ ਨੱਚਣ ਵਾਲੀ ਬਾਹਰ ਤੋਂ ਆਉਂਦੀ ਸੀ, ਹੁਣ ਖਾਣਾ ਬਣਾਉਣ ਵਾਲੇ ਬਾਹਰ ਤੋਂ ਆਉਂਦੇ ਨੇ ਤੇ ਘਰ ਦੀਆਂ ਔਰਤਾਂ ਨੱਚਦੀਆਂ ਨੇ। ਪਹਿਲਾਂ ਆਦਮੀ ਸਾਈਕਲ ਚਲਾਉਂਦਾ ਸੀ ਤੇ ਗਰੀਬ ਸਮਝਿਆ ਜਾਂਦਾ ਸੀ, ਹੁਣ ਆਦਮੀ ਕਾਰ ਵਿੱਚ ਜਿਮ ਜਾਂਦਾ ਹੈ ਸਾਈਕਲ ਚਲਾਉਣ ਲਈ। ਬਸ ਇੰਨਾ ਕੁ ਬਦਲਿਆ ਮੇਰਾ ਪੰਜਾਬ। ਜਿਸ ਵੀਡੀਓ ਵਿੱਚ ਕਹੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਹੋਣ ਤੇ ਇਸ ਨੂੰ ਅੱਗੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।